ਕਿਵੇਂ ਆ? ਲਓ ਜੀ, ਆਰ ਜੇ ਕੱਤੀ ਟਰੈਕਟਰ ਹਾਂ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਤੇ ਅੱਜ ਕਰੀ ਆ ਟਰਬੋ ਟੁਰਬ ਦੀ ਫਿਟਿੰਗ, 53 ਦੇ ਨਵੇਂ ਮਾਡਲ ਦੀ ਲਾਈ ਹੈ, ਜਿਹੜਾ ਆਟੋਮੈਟਿਕ ਮਤਲਬ ਕਿ ਵੱਧ ਏਅਰ ਨੂੰ ਕੰਟਰੋਲ ਕਰਦਾ। ਅਤੇ ਦਿਖਾਉਣੇ ਆ ਤੁਹਾਨੂੰ ਟਰਬੋ ਦੇ ਦਰਸ਼ਨ ਕਰਾਉਣੇ ਨਾਲੇ। ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ। ਲਗਭਗ ਅੱਜ ਸਟਾਰਟ ਹੋ ਜੂਗਾ ਟਰੈਕਟਰ, ਜਿੱਥੋਂ ਤੱਕ ਉਮੀਦ ਹੈਗੀ ਹੈ। ਤੁਸੀਂ ਪਹਿਲਾਂ ਵਾਲੇ ਜਿਹੜੇ ਵਲੌਗ ਆਪਾਂ ਪਾਏ ਆ, ਸਾਰਿਆਂ ਨੂੰ ਬਹੁਤ ਹੀ ਪਿਆਰ ਦਿੱਤਾ ਅਤੇ ਇਹਨੂੰ ਵੀ ਦਿਓਗੇ, ਅਤੇ ਕਰਦੇ ਹਾਂ ਫਿਰ ਵੀਡੀਓ ਸ਼ੁਰੂ। ਕਰੋ ਜੀ ਚੈੱਕ ਫਿਟਿੰਗ ਟਰਬੋ ਦੀ। ਆ ਪੁਰਜਾ ਲੱਗਿਆ ਜੀ, ਇਹ ਜਿੰਨੀ ਹੈੱਡ ਨੂੰ ਆਪਾਂ ਨੂੰ ਹਵਾ ਜ਼ਰੂਰਤ ਹੋਊਗੀ, ਉਨਾ ਟਰਬਾਈਨ ਨੂੰ ਮਤਲਬ ਕਿ ਰਿਲੈਕਸ ਕਰੂਗਾ, ਵੀ ਉਹਨੇ ਘੁੰਮੂਗੀ ਰੇਸ ਆਪਾਂ ਜਿੰਨੀ ਮਰਜ਼ੀ ਦੇ ਲਈਏ। ਜਿਹੜੀ ਪਹਿਲਾਂ ਵਾਲੀ ਟਰਬੋ ਸੀ ਉਹਦਾ ਸਿਸਟਮ ਨਹੀਂ ਲੱਗਿਆ ਹੁੰਦਾ ਵੀ ਜਿੰਨੀ ਆਪਾਂ ਰੇਸ ਦਿੰਦੇ ਹਾਂ ਅਤੇ ਆਹਾ ਇੱਧਰਲਾ ਪੱਖਾ ਘੁੰਮਦਾ, ਠੀਕ ਹੈ, ਇਹ ਧੂੰਏ ਨਾਲ ਘੁੰਮਦਾ ਹੁੰਦਾ ਅਤੇ ਉੱਧਰੋਂ ਉਹ ਖਿੱਚਦਾ ਹੁੰਦਾ ਹਵਾ, ਆਹ ਹੈੱਡ ਨੂੰ ਦਿੰਦਾ, ਉੱਧਰੋਂ ਖਿੱਚ ਕੇ ਇਸ ਪਾਸੋਂ ਖਿੱਚ ਕੇ ਅਤੇ ਉੱਧਰੋਂ ਹੈੱਡ ਨੂੰ ਦਿੰਦਾ, ਠੀਕ ਹੈ ਜੀ। ਆਹ ਸਿਸਟਮ ਲੱਗਿਆ ਅਤੇ ਕੰਟਰੋਲ ਵਾਲਾ। ਜਿਹੜੀ ਪਹਿਲਾਂ ਵਾਲੀ ਟਰਬੋ ਸੀਗੀ ਉਹਦੇ ਕੋਈ ਸਿਸਟਮ ਨਹੀਂ ਲੱਗਿਆ, ਸਿੱਧੀ ਸੀਗੀ। ਆਹ ਦੇਖੋ ਜੀ, ਆਹ ਬਾਈ ਇਹਦਾ ਖਰਾਬ ਹੋਣ ਦਾ ਕਾਰਨ ਵੀ ਆਹੀ ਸੀਗਾ, ਕਿਉਂਕਿ ਜਿੰਨੀ ਆਪਾਂ ਰੇਸ ਦਿੰਦੇ ਸੀ ਉੰਨੀ ਹਾਈ ਸਪੀਡ ਹੋ ਜਾਂਦੀ ਸੀ ਇਹ। ਆਹ ਦੇਖੋ ਜੀ, ਇੱਧਰੋਂ ਹਵਾ ਖਿੱਚਦੀ ਹੁੰਦੀ ਹੈ, ਇੱਧਰੋਂ ਹੈੱਡ ਨੂੰ ਦਿੰਦੀ ਹੁੰਦੀ ਹੈ ਅਤੇ ਇੱਧਰੋਂ ਆਪਣੇ ਸਾਇਲੈਂਸਰ ਨੂੰ ਘੁੰਮਾਉਂਦਾ, ਦੋਨੇ ਪਾਸੇ ਟਰਬਾਈਨਾਂ ਲੱਗੀਆਂ ਹੁੰਦੀਆਂ। ਅਤੇ ਆਹ ਦੇਖੋ ਜੀ, ਅੱਜ ਲਗਭਗ ਆਪਾਂ 100% ਕਹਿ ਨਹੀਂ ਸਕਦੇ, ਫਿਰ ਸਟਾਰਟ ਕਰ ਦਿਆਂਗੇ। ਅਤੇ ਕਿਹਦਾ ਦੇਖੋ ਜੀ, 4x4 ਦਾ ਵੀ ਓਪੀਨੀਅਨ ਮੰਗਾਇਆ ਵਾ, ਕਰਾਉਣ ਆ ਪਿਆ, ਓਪੀਨੀਅਨ ਦੇ ਦੰਦੇ ਖਰਾਬ ਆ, ਇਹਦੀ ਫਿਟਿੰਗ ਵੀ ਕਰਾਂਗੇ ਅੱਜ। ਦੇਖੋ ਜੀ, ਕਰਾਉਂਦੀ ਹੈ, ਕਾਰ ਹੰਡੀ ਹੁੰਦੀ ਹੈ ਬਕਾਇਦਾ ਇਹਦੇ 'ਚ। ਨਾ ਦੇਖੋ, ਲਗਭਗ ਫਿਟਿੰਗ ਹੋ ਹੀ ਗਈ। ਇੱਕ ਚੈਂਬਰ ਦੇ ਵਿੱਚ ਆਇਲ ਪੰਪ ਰਹਿੰਦਾ ਕਸਨ ਵਾਲਾ, ਆਇਲ ਪੰਪ ਆਇਆ ਪਿਆ। ਅਤੇ ਇੱਕ ਆਸ਼ਰ ਦਾ ਆਪਾਂ ਇੰਜਨ ਕਰੀ ਜਾਂਦੇ ਹਾਂ, ਦੇਖੋ ਜੀ 485/2008 ਮਾਡਲ, ਵਾਸ਼ਿੰਗ ਵੁਸ਼ਿੰਗ ਕਰਾਤੀ। ਅਤੇ ਦੇਖੋ, ਅਤੇ ਦੇਖੋ ਜੀ ਕਰੈਂਕ, ਆ ਮੇਨ ਵਿਗਨ ਆ ਗਏ ਜਾਂ ਦੂਜੇ। ਅਤੇ ਕਰਦੇ ਹਾਂ ਵੀਡੀਓ, ਅਤੇ ਅੱਜ ਤੁਹਾਨੂੰ ਜੌਨ ਡੀਅਰ ਦੀ ਹੀ ਪਾ ਕੇ ਦਿਖਾਉਣਾ ਵੀਡੀਓ। ਇੱਕ ਆ ਫਾਰਮ 45 ਆਇਆ, ਇਹਦਾ ਗੇਅਰ ਦਾ ਕੰਮ ਕਰਨਾ, ਕੱਲ੍ਹ 60 ਦਾ ਕੀਤਾ ਸੀ ਆਪਾਂ। ਅਤੇ ਇਹਦਾ ਦਿਖਾਉਣਾ ਤੁਹਾਨੂੰ ਦਿੱਕਤ ਕੀ ਹੈ, ਇਹਦੇ ਮਤਲਬ ਪਹਿਲੇ ਗੇਅਰ ਦੀ ਇੱਕ ਤਾਂ ਗਰਾਰੀ ਟੁੱਟੀ ਹੋਈ ਆ, ਆਹ ਦੇਖੋ ਜੀ ਪਹਿਲੇ ਗੇਅਰ ਦੀ ਗਰਾਰੀ ਦੇ ਦੰਦੇ ਟੁੱਟੇ ਹੋਏ ਆ, ਅਤੇ ਇਹ ਡਬਲ ਡੁਬਲ ਗੇਅਰ ਪੈ ਗਿਆ ਹੁਣ। ਅਤੇ ਆਹ ਦੇਖੋ ਜੀ ਮੇਨ ਸ਼ਾਫਟ ਵੀ ਬੁਸ਼ ਖਰਾਬ ਹੈ, ਬੁਸ਼ ਟੁੱਟਿਆ ਹੁਣ, ਅਤੇ ਇਹ ਰੇਲਾਂ ਇਹ ਕੰਮ ਕਰਨ ਨਾਲ ਇਹਨੂੰ ਖੋਲ੍ਹਾਂਗੇ ਕੱਲ੍ਹ ਨੂੰ, ਅਤੇ ਇਹਦੀ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਦਿਖਾਵਾਂਗੇ। ਅਤੇ ਦੱਬ ਕੇ ਕਰਦੇ ਸ਼ੇਅਰ,